ਹੇ ਮੇਰੇ ਮਹਾਰਾਜ, ਮੈਂ ਤਾਂ ਕਹਿ ਕਹਿ ਕੇ ਥੱਕ ਗਈ ਮਰਜਣਿਆ। ਚੰਗੇ ਭਲੇ ਲੰਡਨ ਬੈਠੇ ਸੀ, ਨਾਲ ਜਰਮਨੀ ਜਾਂਦੇ, ਪੈਰਿਸ ਜਾਇਆ ਏ, ਇੱਥੇ ਖੇ ਖਾਣਾ ਹੈ। ਬਰਸਾਤਾਂ ਦੇ ਨਾਲ ਸਾਰਾ ਕੁਛ ਚੋਈ ਜਾਂਦਾ, ਮਰਜਣਿਆ ਤੇ ਕਰਨ ਕੀ ਹੋਇਆ? ਚੋਈ ਜਾਂਦਾ? ਹਾਂ ਮਾਈ ਮੋਣ, ਤੁਹਾਨੂੰ ਨੀ ਪਤਾ ਮੈਂ ਪੈਰਿਸ ਤੋਂ ਕਿਉਂ ਆਇਆ? ਨਾ ਮੈਨੂੰ ਨੀ ਪਤਾ ਲੱਗਿਆ। ਮਾਈ ਮੋਣ, ਹਾਂ ਮੈਂ ਪੈਰਿਸ ਦੀ ਸਫਾਈ ਤੋਂ ਤੰਗ ਆ ਗਿਆ ਸੀ। ਤੇਰਾ ਬੇੜਾ ਤਰਜ ਵੀ ਤਾਂ ਇੱਥੇ ਕੀ ਕਰਨਾ ਹੈ ਮਾਈ ਮੋਣ? ਆ ਹਾ ਹਾ ਹਾ, ਬੱਲੇ ਕਿਆ ਪੈਰਿਸ ਦੀਆਂ ਬਾਤਾਂ! ਮਾਈ ਮੋਣ, ਮੈਂ ਤੈਨੂੰ ਨੀ ਪਤਾ ਪੈਰਿਸ ਚ ਨਾ ਚਿੱਕੜ ਨੂੰ ਤਰਸ ਗਿਆ। ਮਾਈ ਮੋਣ, ਤੁਹਾਨੂੰ ਕੀ ਪਤਾ ਜੀ, ਮੱਖੀਆਂ ਦੇਖੀਆਂ ਨੂੰ 3 ਮਹੀਨੇ ਹੋ ਗਏ। ਮੱਕੜਾਂ ਦਾ ਨਾਂ ਨਿਸ਼ਾਨ ਹੀ ਨਹੀਂ। ਮਾਈ ਮੋਣ, ਮਕੌੜੇ ਕਿਆ ਪੈਰਿਸ ਦੀਆਂ ਸੜਕਾਂ ਜੀ! ਆਹਾ, ਇੱਥੇ ਦੇਖ ਲੋ, ਗੰਦ ਦੇਖਣਾ ਹੈ ਇੱਥੇ। ਮਾਈ ਮੋਣ, ਇੱਥੇ ਮਜ਼ਾ ਆ ਗਿਆ, ਵਿੱਚ ਹੀ ਸੜਕ ਦੇ ਗਦ, ਵਿੱਚ ਹੀ ਝੋਟਾ ਹੈ ਜੀ। ਤੁਹਾਨੂੰ ਪਤਾ ਲੁਧਿਆਣੇ ਚੌੜੇ ਬਾਜ਼ਾਰ ਵਿੱਚ ਦੀ ਪੂਰਾ ਮੱਝਾਂ ਦਾ ਬੱਗ ਲੰਘਦਾ। ਚਲੋ ਨਾ, ਵਿਚਾਰੀਆਂ ਨੇ ਲੰਘਣੀਆਂ ਕਿਤੇ। ਮਾਈ ਮੋਣ, ਤੁਸੀਂ ਕਦੇ ਸਕੂਟਰ ਬੈਕ ਮਾਰਦਾ ਦੇਖਿਆ? ਹਾਂ ਹਾਂ, ਆਫਕੋਰਸ, ਸਕੂਟਰ ਨੂੰ ਬੈਕ ਗੇਅਰ ਲਾਓ। ਬੈਕ ਕਦੇ ਟਰੱਕ ਬੈਕ ਮਾਰਦਾ ਦੇਖਿਆ? ਬੈਕ ਗੇਅਰ ਨਾ ਬੈਕ ਹੋ ਜੂ। ਮਾਈ ਮੋਣ, ਹਾਂ ਕਦੇ ਜੀਪ ਬੈਕ ਮਾਰਦੀ ਦੇਖੀ? ਓਫੋ, ਇੱਕੋ ਹੀ ਗੱਲ ਹੈ ਮਰਜਣਿਆ। ਮਾਈ ਮੋਣ, ਹਾਂ ਇੱਕੋ ਨਹੀਂ, ਕਦੇ ਸੀਵਰੇਜ ਬੈਕ ਮਾਰਦਾ ਦੇਖਿਆ? ਨਹੀਂ, ਮੈਂ ਮਰ ਗਈ। ਹਾਲ ਸੱਚੀ ਗੱਲ ਹੈ, ਆ ਤਾਂ ਮੈਂ ਹੁਣ ਦੇਖਿਆ, ਥੋੜੇ ਦਿਨ ਹੋਏ ਦਿੱਲੀ ਵਿੱਚ। ਕੀ ਦੇਖਿਆ ਜੀ? ਮਾਈ ਮੋਣ, ਪਾਣੀ ਨਿਕਲੀ ਜਾਂਦਾ। ਓਏ, ਕਈਆਂ ਦੇ ਘਰ ਦਾ ਸੀਵਰੇਜ ਪਤਾ ਕਿਵੇਂ? ਭਾਵੇਂ ਸਾਰਾ ਟੱਬਰ ਢੱਕਣ ਤੇ ਬਹਿ ਜਾਵੇ, ਅੱਛਾ ਜਦੋਂ ਸੀਵਰੇਜ ਦਾ ਮੂਡ ਬਣਦਾ ਨਾ, ਟੱਬਰ ਸਾਰਾ ਛੱਤ ਨਾਲ। ਮਾਈ ਮੋਣ, ਤੇਰਾ ਫੇੜਾ ਕਰ। ਓਏ, ਸਾਡੀ ਸਰਕਾਰ ਐਵੇਂ ਫੜਾ ਮਾਰਦੀ ਏ ਮਰਜਣਿਆ। ਹੌਲੀ ਬੋਲ, ਹੌਲੀ ਬੋਲ, ਸਰਕਾਰ ਦੀ ਕੋਈ ਗੱਲ ਨਹੀਂ ਕਰਨੀ। ਕਿਉਂ ਜੀ? ਫੜ ਕੇ ਅੰਦਰ ਕਰ ਦੇਣਗੇ ਮਰਜਣਿਆ, ਮੈਂ ਕੱਲੀ ਬੈਠੀ ਰਹੂੰਗੀ। ਆਪਾਂ ਹੁਣ ਤੈਨੂੰ ਪਤਾ ਜਾਣਾ ਕਿੱਥੇ, ਦੂਰ ਦੂਰ ਜਾਣਾ। ਮਾਈ ਮੋਣ, ਕੰਨਾਂ ਦੇ ਕੰਨ ਹੁੰਦੇ ਆ, ਤੈਨੂੰ ਪਤਾ ਮੁਹਾਵਰੇ ਦਾ? ਕੰਨਾਂ ਦੇ ਕੰਨ, ਕੰਨਾਂ ਦੇ ਕੰਨ, ਕੰਧਾਂ ਦੇ ਕੰਨ ਹੁੰਦੇ ਆ। ਮੈਨੂੰ ਪਤਾ ਮਾਈ ਮੋਣ, ਕੰਧਾਂ ਦੇ ਕੰਨ ਹੁੰਦੇ ਆ। ਹੌਲੀ ਬੋਲ। ਮੈਂ ਪਰਸੋਂ ਦੇਖੀਆਂ ਕੰਧਾਂ ਲੁਧਿਆਣੇ ਘੰਟਾ ਘਰ ਕੋਲੇ ਮੈਲ ਕਢਾਉਂਦੀਆਂ ਕੰਨਾਂ। ਜੋ ਗੱਲ ਕਰਨੀ ਹੈ ਉਲਟੀ ਕਰਨੀ ਹੈ, ਕੋਈ ਕੰਮ ਦੀ ਗੱਲ। ਮਾਈ ਮੋਣ, ਸਾਡੀ ਸਰਕਾਰ ਅਫਸਰ ਐਵੇਂ ਫੜਾ ਮਾਰਦੇ ਜੀ, ਹਮਕੋ ਤੁਮਕੋ ਲੈਕਚਰ ਹੈ ਜੀ, ਕਹਿੰਦੇ ਨਕਸ਼ੇ ਲਿਆਂਦੇ ਬਾਹਰਲੇ ਮੁਲਕਾਂ ਚ, ਉਹ ਲਿਆਉਂਦੇ ਹੋਣੇ ਆ ਫਿਰ, ਐਵੇਂ ਮਾਰਦੇ ਆ। ਮਾਈ ਮੋਣ, ਤੂੰ ਐਵੇਂ ਨਾ ਮਾਰੀ ਜਾਇਆ ਕਰ। ਮਾਈ ਮੋਣ, ਐਤਕੀ ਪੈਰ ਤੋਂ ਤੁਹਾਡੇ ਪਿੰਡ ਵਾਲਾ ਮੇਰੇ ਨਾਲ ਆਇਆ ਸੀ ਨਾ, ਦੌਲਾ, ਆਹੋ ਤੇਰੇ ਨਾਲ ਆਇਆ ਸੀ। ਮੈਂ ਉਹਦੇ ਪਿੰਡ ਗਿਆ ਜੀ ਪਰਸੋਂ। ਮਾਈ ਮੋਣ, ਕੱਖ ਵੀ ਨੀ ਫਰਕ ਪਿਆ ਜੀ, ਓਵੇਂ ਚਿੱਕੜ ਲੈ ਕੇ। ਮਾਈ ਮੋਣ, ਇੱਕ ਹੋਰ ਗੱਲ ਜੇ ਤੈਨੂੰ ਦੱਸਾਂ, ਇੱਕ ਹੋਰ ਗੱਲ ਜੇ ਤੈਨੂੰ ਦੱਸੀ ਨਾ, ਖੜੀ ਗਰਕ ਜਾਏਗੀ। ਕੀ ਗੱਲ ਹੋ ਗਈ? ਤੁਹਾਨੂੰ ਨੀ ਪਤਾ? ਉਹ ਕਹਿੰਦੇ ਤਰੱਕੀ ਕਰ ਲਈ ਪਿੰਡ ਨੇ, ਤਰੱਕੀ ਟੱਟੂ ਕੀਤੀ ਹੈ। ਮਾਈ ਮੋਣ, ਅੱਧਾ ਪਿੰਡ ਤਾਂ ਹੁਣ ਤਾਈਂ ਘੀਸੀ ਕਰਦਾ। ਤੇਰਾ ਬੇੜਾ ਤਰਜੀ ਤੇਰਾ, ਤੂੰ ਜ਼ਿੰਦਗੀ ਦੇ ਵਿੱਚ ਨਾ ਕੋਈ ਚੰਗੀ ਗੱਲ ਗੱਲ ਸੁਣ। ਮੈਨੂੰ ਤਾਂ ਨਾ ਤੂੰ ਗੱਲਾਂ ਤਾਂ ਬਹੁਤ ਸੁਣਾ ਰਹੀ ਆ। ਮੈਂ ਸਵੇਰ ਦੀ ਘਰੋਂ ਨਿਕਲੀ ਹੋਈ ਆ, ਮੈਂ ਕਰਨੀ ਸੀ ਸ਼ੋਪਿੰਗ। ਨਿਕਲੀ ਹੋਈ? ਮੈਂ ਘਰ ਤੋਂ ਬਾਹਰ ਸ਼ੋਪਿੰਗ ਕਰਨ ਲਈ ਆਈ ਆ। ਉਲਟੀ ਗੱਲ ਮੇਰੇ ਨਾਲ ਨਾ ਕਰਿਆ ਕਰ, ਤੂੰ ਦੱਸਾਂ ਮੈਨੂੰ ਭੁੱਖ ਲੱਗੀ ਹੈ, ਤੂੰ ਐਂ ਕਰ ਕੋਈ ਛੋਟੀ ਮੋਟੀ ਕੋਈ ਮੈਨੂੰ ਚੀਜ਼ ਖਿਲਾ ਦੇ। ਛੋਟੀ ਮੋਟੀ? ਹੋਰ ਕੀ ਛੋਟੀ ਮੋਟੀ? ਕੀ ਖਵਾ ਦੇ? ਆਹ ਉਹ ਸਾਹਮਣੇ ਦੇਖੋ, ਦੋ ਰੇੜੀ ਖੜੀ, ਟੁੱਟੀ ਫੁੱਟੀ ਖਿਲਾ ਦੇ ਮੈਨੂੰ ਤਾਂ। ਟੁੱਟੀ ਫੁੱਟੀ? ਹਾਂ ਉਹ ਖਿਲਾ ਦੇ ਮੈਨੂੰ ਬਹੁਤ। ਮਾਈ ਮੋਣੋ, ਹਾਂ ਮੈਂ ਪੈਰਿਸ ਤੋਂ, ਹਾਂ ਮੇਰੇ ਕੋਲੇ ਪਾਉਂਡ, ਅੱਛਾ ਸ਼ਿਲਿੰਗ, ਉਹ ਤਾਂ ਸਸਤੀ ਹੈ। ਮਾਈ ਮੋਣੋ, ਟੁੱਟੀ ਫੁੱਟੀ ਚੀਜ਼ ਕੋਈ ਨੀ ਜੀ ਲੈਣੀ, ਲੈ ਤੈਨੂੰ ਸਾਬਤੀ ਲੈ ਕੇ ਦਿਆਂਗੇ। ਮਰ ਜਾਣਿਆ, ਟੁੱਟੀ ਫਰੂਟੀ ਆਈਸਕ੍ਰੀਮ ਦਾ ਨਾਂ ਆਇਆ ਫਿੱਟੇ ਮੂੰਹ ਤੇਰੇ। ਇੱਥੇ ਆਉਣਾ ਜੀ ਟੁੱਟੀ ਫੁੱਟੀ ਹੈ, ਰਹਿਣ ਦਿਆ ਕਰ, ਜਾ ਲਿਆ ਜਾ ਕੇ ਮੈਂ ਕੁਛ ਖਾਵਾਂ ਜਾ ਕੇ। ਸੋ ਮੈਨੂੰ ਇੱਕ ਗੱਲ ਯਾਦ ਆ ਗਈ ਵੀ ਧਰਮਰਾਜ ਕੋਲੇ ਦੋ ਬੰਦੇ ਮਰ ਕੇ ਚਲੇ ਗਏ। ਅੱਛਾ।
ਹਾਂਜੀ ਮਰ ਕੇ ਉਹ ਜਿਉਂਦੇ ਤਾਂ ਉਹਦੇ ਕੋਲ ਜਾਂਦੇ ਨੇ। ਇੱਕ ਬੰਦਾ ਦੂਸਰੇ ਦੋਨੇ ਇਕੱਠੇ ਹੋਏ, ਇੱਕ ਬੰਦਾ ਦੂਸਰੇ ਨੂੰ ਪੁੱਛਦਾ, ਕਹਿੰਦਾ ਯਾਰ ਮੈਨੂੰ ਇਹ ਦੱਸ ਤੂੰ ਵੀ ਤੂੰ ਕਿੱਦਾਂ ਮਰਿਆ। ਅੱਛਾ ਅੱਛਾ ਠੀਕ। ਉਹ ਕਹਿੰਦਾ ਯਾਰ ਗੱਲ ਇਹ ਹੈ ਵੀ ਮੈਂ ਤਾਂ ਹੈਰਾਨਗੀ ਨਾਲ ਮਰ ਗਿਆ ਤੇ ਪਸ਼ਚਾਤਾਪ ਚ ਮਰ ਗਿਆ। ਉਹ ਕਹਿੰਦਾ ਤੂੰ? ਕਹਿੰਦਾ ਮੈਂ ਠੰਡ ਨਾਲ ਮਰ ਗਿਆ। ਅੱਛਾ ਅੱਛਾ। ਉਹ ਕਹਿੰਦਾ ਜਿਹੜਾ ਠੰਡ ਨਾਲ ਮਰਿਆ ਸੀ, ਉਹ ਕਹਿੰਦਾ ਤੂੰ ਇਹ ਦੱਸ ਵੀ ਤੂੰ ਪਸ਼ਚਾਤਾਪ ਔਰ ਹੈਰਾਨਗੀ ਨਾਲ ਕਿੱਦਾਂ ਮਰਿਆ। ਕਹਿੰਦਾ ਯਾਰ ਗੱਲ ਇਹ ਹੈ ਵੀ ਮੈਨੂੰ ਕਈਆਂ ਬੰਦਿਆਂ ਨੇ ਸ਼ੱਕ ਪਾ ਤਾ, ਕਹਿੰਦੇ ਵੀ ਤੂੰ ਘਰ ਜਾਇਆ ਕਰ, ਵਕਤ ਸਿਰ ਵੀ ਤੇਰੀ ਜਨਾਨੀ ਕੋਲੇ ਕੋਈ ਬੰਦਾ ਆਉਂਦਾ। ਅੱਛਾ। ਕਹਿੰਦਾ ਮੈਂ ਇੱਕ ਦਿਨ ਗਿਆ ਜੀ, ਬੰਦਾ ਵਾਕਈ ਪਿਆ ਉੱਥੇ। ਓਹੋ। ਤੇ ਜਦੋਂ ਮੈਂ ਅੰਦਰ ਗਿਆ, ਮੈਂ ਰੋਸ਼ਨਦਾਨ ਥਾਣੇ ਦੇਖੇ ਬੰਦਾ ਪਿਆ, ਜਦੋਂ ਮੈਂ ਅੰਦਰ ਗਿਆ ਤਾਂ ਬੰਦਾ ਉੱਥੇ ਕੋਈ ਨਾ। ਕਹਿੰਦਾ ਜੀ ਮੈਂ ਸਾਰੇ ਇੱਧਰ ਬਾਥਰੂਮ ਲੈਟਰਿਨ ਬਰਾਂਡੇ ਲੌਬੀਆਂ ਸ਼ੌਬੀਆਂ ਸਾਰੇ ਦੇਖੇ, ਬੰਦਾ ਕਿਤੋਂ ਨਾ ਲੱਭਿਆ। ਮੈਨੂੰ ਇੰਨੀ ਹੈਰਾਨਗੀ ਹੋਈ ਜੀ, ਮੈਂ ਪਰੇਸ਼ਾਨ, ਪਹਿਲਾਂ ਅੱਖੀ ਬੰਦਾ ਦੇਖਿਆ, ਇਹਦੇ ਨਾਲ ਹੀ ਮੇਰਾ ਤਾਂ ਕੰਮ ਹੋ ਗਿਆ, ਮੇਰੀ ਤਾਂ ਉੱਥੇ ਜਾਣ ਗਿਲਟੀ ਹੋ ਗਿਆ, ਮੈਂ ਤਾਂ ਮਰਿਆ ਜੀ, ਗਿਲਟੀ ਹੋ ਗਿਆ। ਤੇ ਦੂਸਰਾ ਬੰਦਾ ਉਹਨੂੰ ਪਤਾ ਕੀ ਕਹਿੰਦਾ? ਕਹਿੰਦਾ ਗੱਲ ਇਹ ਹੈ, ਇਹਨੇ ਅੱਛੀ ਔਰਤ ਤੇ ਸ਼ੱਕ ਕੀਤਾ। ਕਹਿੰਦਾ ਉਹ ਕਹਿੰਦਾ ਤੂੰ ਆਪਣੀ ਕਹਿੰਦਾ ਇਹੋ ਜਿਹੀ ਜਨਾਨੀ ਤੇ ਸ਼ੱਕ ਕੀਤਾ, ਨਾ ਤੂੰ ਕਹਿੰਦਾ ਸ਼ੱਕ ਕਰਦਾ ਨਾ ਪਸ਼ਚਾਤਾਪ ਮਰਦਾ। ਕਹਿੰਦੇ ਤੂੰ ਸ਼ੱਕ ਨਾ ਕਰਦਾ, ਨਾ ਹੀ ਕਹਿੰਦਾ ਮੈਂ ਫਰਿੱਜ ਚ ਬੈਠਦਾ, ਨਾ ਹੀ ਮੇਰੀ ਮੌਤ ਹੁੰਦੀ।